ਖਬਰ ਕੈਨੇਡਾ ਤੋਂ ਆ ਰਹੀ ਹੈ ਜੇਕਰ ਤੁਸੀਂ ਵੀ ਕੈਨੇਡਾ ਦੀ ਯਾਤਰਾ ਕਰਨਾ ਚਾਹੁੰਦੇ ਹੋ ਜਾਂ ਜਿਹੜੇ ਸੈਲਾਨੀ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਮਹੱਤਵਪੂਰਨ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਸਰਕਾਰ ਕਾਫੀ ਸਖਤ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ ਕੋਰੋਨਾ ਮਹਾਮਾਰੀ ਦੇ ਨਿਯਮਾਂ ਦੇ ਵਿੱਚ ਪਾਬੰਦੀਆਂ ਉਹਨਾਂ ਦੇ ਵੱਲੋਂ ਹੋਰ ਲਾਗੂ ਕਰ ਦਿੱਤੇ ਨੇ ਉਹਨਾਂ ਦਾ ਕਹਿਣਾ ਕਿ ਜੇਕਰ ਕੋਈ ਵੀ ਸੈਲਾਨੀ ਕੈਨੇਡਾ ਦੇ ਵਿੱਚ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਵੈਕਸੀਨੇਸ਼ਨ ਪੂਰੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਜੇਕਰ ਉਹ ਵੈਕਸੀਨੇਸ਼ਨ ਲਵਾ ਕੇ ਆਏ ਹੋਣਗੇ ਤਾਂ ਹੀ ਉਹ ਕੈਨੇਡਾ ਦੀ ਯਾਤਰਾ ਕਰ ਸਕਣਗੇ ਨਹੀਂ ਉਹਨਾਂ ਤੇ ਪਾਬੰਦੀਆਂ ਉਹਨਾਂ ਦੇ ਵੱਲੋਂ ਲਗਾਈਆਂ ਗਈਆਂ ਨੇ ਸੋ ਦੇਖੋ ਇਹ ਖਾਸ ਰਿਪੋਰਟ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 2020 ਅਤੇ 2021 ਦੇ ਉਲਟ ਕੈਨੇਡਾ ਹੁਣ ਸੰਯੁਕਤ ਰਾਜ ਅਮਰੀਕਾ ਅਤੇ ਬਾਕੀ ਦੁਨੀਆ ਦੇ ਸੈਲਾਨੀਆਂ ਲਈ ਉਦੋਂ ਤੱਕ ਖੁੱਲ੍ਹਾ ਹੈ ਜਦੋਂ ਤੱਕ ਉਹ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕੇ ਹੋਣਗੇ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਕੈਨੇਡੀਅਨ ਸਰਕਾਰ ਆਪਣੇ ਯਾਤਰਾ ਨਿਯਮਾਂ ਨੂੰ ਨਿਯਮਤ ਤੌਰ ਤੇ ਅਪਡੇਟ ਕਰ ਰਹੀ ਹੈ ਕਿਉਂਕਿ ਮਹਾਮਾਰੀ ਫੈਲਦੀ ਜਾ ਰਹੀ ਹੈ ਇਸ ਲਈ ਤੁਹਾਨੂੰ ਜਾਣਕਾਰੀ ਪ੍ਰਾਪਤ ਕਰਨ ਲਈ ਕੈਨੇਡਾ ਦੀ ਯਾਤਰਾ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਵੈੱਬਸਾਈਟ ਤੇ ਜਾਣ ਲਈ ਜ਼ੋਰਦਾਰ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ। ਤਾਂ ਨੂੰ ਇਹ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਕੈਨੇਡਾ ਦੇ ਵਿੱਚ ਅਪਰਾਧਿਕ ਰਿਕਾਰਡ ਵਾਲੇ ਦੇਸ਼ ਦੇ ਵਿੱਚ ਦਾਖਲ ਹੋਣ ਲਈ ਸਖਤ ਨਿਯਮ ਨੇ ਯਕਰ ਤੁਹਾਡਾ ਅਪਰਾਧਿਕ ਰਿਕਾਰਡ ਹੈ ਤਾਂ ਇੱਕ ਕੈਨੇਡੀਅਨ ਬਾਰਡਰ ਅਫਸਰ ਤੁਹਾਨੂੰ ਕੈਨੇਡਾ ਲਈ ਅਯੋਗ ਸਮਝ ਸਕਦਾ ਹੈ ਅਤੇ ਤੁਸੀਂ ਦੇਸ਼ ਦੇ ਵਿੱਚ ਦਾਖਲ ਨਹੀਂ ਹੋ ਸਕੋਗੇ ਅਮਰੀਕੀ ਨਾਗਰਿਕਾਂ ਨੂੰ ਇਹ ਵੀ ਨੋਟ ਕਰਨਾ ਚਾਹੀਦਾ ਹੈ ਕਿ ਉਹਨਾਂ ਦਾ ਪਾਸਪੋਰਟ ਇੱਕ FBI ਪਿਛੋਕੜ ਰਿਕਾਰਡ ਨਾਲ ਜੁੜਿਆ ਹੋਇਆ ਜਿੱਥੇ ਉਹਨਾਂ ਦਾ ਅਪਰਾਧਿਕ ਇਤਿਹਾਸ ਦਿਖਾਈ ਦੇ ਸਕਦਾ ਹੈ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਫਸਰਾਂ ਦੇ ਕੋਲ ਐਫ ਬੀ ਆਈ ਪਿਛੋਕੜ ਰਿਕਾਰਡ ਦੀ ਜਾਣਕਾਰੀ ਤੱਕ ਪਹੁੰਚ ਹੁੰਦੀ ਹੈ ਸੋ ਚੰਗੀ ਖਬਰ ਇਹ ਹੈ ਕਿ ਕੈਨੇਡੀਅਨ ਸੈਲਾਨੀ ਅਨੁਕੂਲਿਤ ਹੈ ਅਤੇ ਇਹ ਮੰਨਦਾ ਹੈ ਕਿ ਅਪਰਾਧਿਕ ਰਿਕਾਰਡ ਵਾਲੇ ਲੋਕ ਮੁੜ ਵਸੇਬੇ ਦੇ ਯੋਗ ਹੋ ਸਕਦੇ ਨੇ ਅਤੇ ਇਸ ਲਈ ਕੈਨੇਡੀਅਨ ਲਈ ਜਨਤਕ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਦੀ ਸੰਭਾਵਨਾ ਨਹੀਂ ਹੈ ਇਸ ਤਰ੍ਹਾਂ ਕੈਨੇਡੀਅਨ ਸਰਕਾਰ ਕਈ ਹੱਲ ਪੇਸ਼ ਕਰਦੀ ਹੈ ਜੋ ਤੁਸੀਂ ਅਪਰਾਧਿਕ ਅਯੋਗਤਾ ਨੂੰ ਦੂਰ ਕਰਨ ਲਈ ਅਪਣਾ ਸਕਦੇ ਹੋ ਪਹਿਲੇ ਹਾਲ ਨੂੰ ਅਸਥਾਈ ਨਿਵਾਸੀ ਪਰਮਿਟ ਕਿਹਾ ਜਾਂਦਾ ਹੈ ਜਿਵੇਂ ਕਿ ਨਾਮ ਤੋਂ ਭਾਵ ਇਹ ਇੱਕ ਅਸਥਾਈ ਹਾਲ ਹੈ ਜੋ ਤੁਹਾਨੂੰ ਕੈਨੇਡਾ ਦੇ ਵਿੱਚ ਦਾਖਲ ਹੋਣ ਦੇ ਯੋਗ ਬਣਾ ਸਕਦਾ ਜਦੋਂ ਤੱਕ ਤੁਸੀਂ ਆਪਣੀ ਫੇਰ ਹੀ ਲਈ ਸਰਕਾਰ ਨੂੰ ਮਜਬੂਰ ਕਰਨ ਵਾਲਾ ਕਾਰਨ ਦਿਖਾ ਸਕਦੇ ਹੋ ਬਿਨੇ ਕਾਰ ਕਾਰੋਬਾਰ ਜਾਂ ਤਰਸ ਦੇ ਕਾਰਨ ਵਾਲੇ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਬਿਨਕਾਰ ਨੂੰ ਸੈਸ ਪਾਟੇ ਲਈ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲਿਆਂ ਦੇ ਨਾਲੋਂ ਟੀਆਰਪੀ ਪ੍ਰਾਪਤ ਕਰਨ ਦੀ ਜ਼ਿਆਦਾ ਸਿਵਾਉਣਾ ਹੁੰਦੀ ਆ ਅਪਰਾਧਿਕ ਰਿਕਾਰਡ ਵਾਲੇ ਸੈਲਾਨੀਆਂ ਨੂੰ ਆਮ ਤੌਰ ਤੇ ਇਸ ਦੀ بجائے ਅਗਲੇ ਵਿਕਲਪ ਲਈ ਅਰਜੀ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸ ਨੂੰ ਕ੍ਰਿਮੀਨਲ ਰੀਹੈਬਿਲੀਟੇਸ਼ਨ ਕਿਹਾ ਜਾਂਦਾ ਹੈ ਦੂਜਾ ਵਿਕਲਪ ਜਿਸ ਨੂੰ ਕ੍ਰਿਮੀਨਲ ਰੀਹੈਬਿਲੀਟੇਸ਼ਨ ਕਿਹਾ ਜਾਂਦਾ ਹੈ ਇੱਕ ਸਥਾਈ ਹੱਲ ਹੈ ਜੇਕਰ ਤੁਹਾਡੀ ਅਰਜੀ ਸਫਲ ਹੋ ਜਾਂਦੀ ਹੈ ਤਾਂ ਤੁਹਾਡਾ ਅਪਰਾਧਿਕ ਇਤਿਹਾਸ ਹੁਣ ਕੈਨੇਡਾ ਦੇ ਵਿੱਚ ਅਯੋਗਤਾ ਲਈ ਆਧਾਰ ਨਹੀਂ ਹੋਵੇਗਾ ਜਦੋਂ ਤੱਕ ਤੁਸੀਂ ਕੋਈ ਹੋਰ ਅਪਰਾਧ ਨਹੀਂ ਕਰਦੇ ਪੁਨਰਵਾਸ ਲਈ ਅਰਜੀ ਦੇਣ ਲਈ ਤੁਹਾਡਾ ਸਭ ਤੋਂ ਤਾਜ਼ਾ ਸਜ਼ਾ ਪੂਰੀ ਹੋਣ ਤੋਂ ਘੱਟੋ-ਘੱਟ 5 ਸਾਲ ਲੰਘਣ ਦੀ ਲੋੜ ਹੈ ਕੈਨੇਡੀਅਨ ਸਰਕਾਰ ਤੁਹਾਡੇ ਵਿਦੇਸ਼ੀ ਅਪਰਾਧ ਨੂੰ ਕੈਨੇਡੀਅਨ ਬਰਾਬਰ ਦੇ ਵਿੱਚ ਅਨੁਵਾਦ ਕਰਦੀ ਹੈ ਇਹ ਮਹੱਤਵਪੂਰਨ ਹੈ ਕਿਉਂਕਿ ਮੁੜ ਬਸੇਬੇ ਦੀਆਂ ਫੀਸਾਂ ਤੁਹਾਡੇ ਅਪਰਾਧ ਦੀ ਪ੍ਰਕਿਰਤੀ ਦੇ ਆਧਾਰ ਤੇ ਵੱਖਰੀਆਂ ਹੁੰਦੀਆਂ ਨੇ ਅਰਜੀ ਦੀ ਫੀਸ ਗੈਰ ਗੰਭੀਰ ਅਪਰਾਧ ਲਈ ਡਾਲਰ 200 CAD ਅਤੇ ਗੰਭੀਰ ਅਪਰਾਧ ਲਈ ਡਾਲਰ 1000 CAD ਹੈ ਇਹ ਵੀ ਧਿਆਨ ਦੇਣ ਯੋਗ ਹੈ ਕਿ ਜੇਕਰ ਤੁਹਾਨੂੰ ਕਿਸੇ ਗੈਰ ਗੰਭੀਰ ਅਪਰਾਧ ਲਈ ਦੋਸ਼ੀ ਠਹਿਰਾਇਆ ਜਾਂ ਤੋ ਘੱਟੋ ਘੱਟ 10 ਸਾਲ ਬੀਤ ਚੁੱਕੇ ਨੇ ਤਾਂ ਤੁਹਾਨੂੰ ਮੁੜ ਵਸੇਬਾ ਮੰਨਿਆ ਜਾ ਸਕਦਾ ਹੈ ਕਿਸੇ ਨੂੰ ਸਵੈਚਲਿਤ ਤੌਰ ਤੇ ਪੁਨਰਵਾਸ ਮੰਨਿਆ ਜਾ ਸਕਦਾ ਤੇ ਅਪਰਾਧਿਕ ਮੁੜ ਵਸੇਬੇ ਲਈ ਅਰਜੀ ਦੇਣ ਦੀ ਲੋੜ ਨਹੀਂ ਹੈ ਪਰ ਕਾਨੂੰਨੀ رائے ਪੱਤਰ ਪ੍ਰਾਪਤ ਕਰਨੀ ਪਹਿਲਾਂ ਹੀ ਕੈਨੇਡੀਅਨ ਇਮੀਗ੍ਰੇਸ਼ਨ ਵਕੀਲ ਨਾਲ ਸਲਾਹ ਕਰਨਾ ਸਭ ਤੋਂ ਵਧੀਆ ਗੱਲ ਹੈ ਇੱਕ ਕਾਨੂੰਨੀ ਰਾਏ ਪੱਤਰ ਤੁਹਾਡਾ ਤੀਜਾ ਵਿਕਲਪ ਹੈ ਪੱਤਰ ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਵਕੀਲ ਤੁਹਾਡੀ ਸਥਿਤੀ ਦੇ ਤੱਥਾਂ ਬਾਰੇ ਇੱਕ ਕਾਨੂੰਨੀ ਰਾਏ ਪ੍ਰਦਾਨ ਕਰੇਗਾ ਜਿਸ ਦੇ ਵਿੱਚ ਸ਼ਾਮਿਲ ਹੈ ਕਿ ਤੁਹਾਨੂੰ ਕੈਨੇਡਾ ਲਈ ਅਯੋਗ ਕਿਉਂ ਨਹੀਂ ਮੰਨਿਆ ਜਾਣਾ ਚਾਹੀਦਾ ਇਹ ਉਪਰੋਕਤ ਵਿਕਲਪਾਂ ਦੇ ਵਿੱਚੋਂ ਇੱਕ ਦਾ ਪੂਰਕ ਵੀ ਹੋ ਸਕਦਾ ਹੈ ਕਿਉਂਕਿ ਤੁਸੀਂ CBSA ਅਫਸਰਾਂ ਨੂੰ ਵਾਧੂ ਸਬੂਤ ਪ੍ਰਦਾਨ ਕਰਨ ਲਈ ਆਪਣੇ ਨਾਲ ਪੱਤਰ ਸਰਹਾਦ ਤੇ ਲਿਆ ਸਕਦੇ ਹੋ ਜਿਸ ਨਾਲ ਤੁਹਾਨੂੰ ਕੈਨੇਡਾ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਇੱਕ ਕਾਨੂੰਨੀ ਰਾਏ ਪੱਤਰ ਕਈ ਸਥਿਤੀਆਂ ਵਿੱਚ ਲਾਭਦਾਇਕ ਹੋ ਸਕਦਾ ਜਿਸ ਦੇ ਵਿੱਚ ਹੇਠ ਲਿਖੇ ਸ਼ਾਮਲ ਨੇ ਪਰ ਇਨ੍ਹਾਂ ਤੱਕ ਸੀਮਤ ਨਹੀਂ ਹੈ ਨੰਬਰ 1 ਮੁੜ ਵਸੇਬੇ ਵਾਲੇ ਵਿਅਕਤੀ ਸਮਝੇ ਜਾਂਦੇ ਨੇ ਨੰਬਰ 2 ਉਹ ਵਿਅਕਤੀ ਜਿਨ੍ਹਾਂ ਤੇ ਦੋਸ਼ ਲਗਾਇਆ ਗਿਆ ਪਰ ਦੋਸ਼ੀ ਨਹੀਂ ਠਹਿਰਾਇਆ ਗਿਆ ਜਿਵੇਂ ਕਿ ਜਿਨ੍ਹਾਂ ਨੂੰ ਮੂਲਤਵੀ ਫੈਸਲੇ ਜਾਂ ਨੋਲੇ ਪ੍ਰੋਸੀਕੀ ਪ੍ਰਾਪਤ ਹੋਇਆ ਨੰਬਰ 3 ਉਹ ਵਿਅਕਤੀ ਜਿਨ੍ਹਾਂ ਨੂੰ ਕਿਸੇ ਅਜਿਹੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਜਿਸ ਦੀ ਕੈਨੇਡਾ ਦੇ ਵਿੱਚ ਬਰਾਬਰੀ ਨਹੀਂ ਹੈ ਸੋ ਯਾਤਰਾ ਕਰਨ ਤੋਂ ਪਹਿਲਾਂ ਕੈਨੇਡਾ ਦੀ ਵੈਬਸਾਈਟ ਤੇ ਤੁਸੀਂ ਹੋਰ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸੈਲਾਨੀ ਇੱਧਰ ਕੈਨੇਡਾ ਦੇ ਵਿੱਚ ਯਾਤਰਾ ਕਰਨਾ ਚਾਹੁੰਦੇ ਨੇ ਤਾਂ ਉਸ ਨੂੰ ਇਸ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਬਿਊਰੋ ਰਿਪੋਰਟ ਡੀ 5 ਚੈਨਲ ਪੰਜਾਬੀ ਡੀ 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬतहसीलदार.com ਕਾਨੂੰਨ ਜਾਇਦਾਦ ਦਾ